ਭਾਰਤੀ ਵਿਦੇਸ਼ ਮੰਤਰਾਲੇ ਵੱਲੋਂ ਅੱਜ ਪੂਰੇ ਦੇਸ਼ ਦੇ ਅਣਅਧਿਕਾਰਤ ਟਰੈਵਲ ਏਜੰਟਾਂ ਦੀ ਸੂਚੀ ਜਾਰੀ ਕੀਤੀ ਗਈ ਹੈ। ਇਸ 'ਚ ਇਕੱਲੇ ਪੰਜਾਬ ਦੇ 76 ਟਰੈਵਲ ਏਜੰਟਾਂ ਦੇ ਨਾਮ ਸ਼ਾਮਲ ਹਨ। ਇਹ ਸੂਚੀ ਸਰਕਾਰੀ ਵੈਬਸਾਈਟ 'ਤੇ ਪਾਈ ਗਈ ਹੈ। ਕੇਂਦਰ ਸਰਕਾਰ ਵੱਲੋਂ ਫਰਜ਼ੀ ਟਰੈਵਲ ਏਜੰਟਾਂ ਦੀ ਲਿਸਟ ਜਾਰੀ ਕਰਨ ਦਾ ਪੰਜਾਬ ਸਰਕਾਰ ਨੇ ਵੀ ਸਵਾਗਤ ਕੀਤਾ ਹੈ। ਪੰਜਾਬ ਦੇ ਖਜ਼ਾਨਾ ਮੰਤਰੀ ਮਨਪ੍ਰੀਤ ਬਾਦਲ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਦਾ ਇਹ ਚੰਗਾ ਕਦਮ ਹੈ। ਉਹਨਾਂ ਕਿਹਾ ਕਿ ਇਸ ਤਰ੍ਹਾਂ ਦੇ ਫਰਜ਼ੀ ਏਜੰਟਾਂ ਕਰਕੇ ਪੰਜਾਬ ਦੇ ਨੌਜਵਾਨਾਂ ਦੇ ਭਵਿੱਖ 'ਤੇ ਬੁਰਾ ਅਸਰ ਪੈ ਰਿਹਾ ਹੈ। ਕਈ ਵਿਦੇਸ਼ੀ ਯੂਨੀਵਰਸਿਟੀਆਂ ਹਨ ਜਿਨ੍ਹਾਂ ਦਾ ਟਰੈਵਲ ਏਜੰਟਾਂ ਨਾਲ ਕਮਿਸ਼ਨ ਫਿਕਸ ਹੈ। ਉਹ ਫਰਜ਼ੀ ਏਜੰਟਾਂ ਰਾਹੀਂ ਵਿਦਿਆਰਥੀਆਂ ਨੂੰ ਬਾਹਰ ਭੇਜਦੇ ਹਨ। ਮਨਪ੍ਰੀਤ ਬਾਦਲ ਨੇ ਕਿਹਾ ਕਿ ਸਰਕਾਰ ਵੱਲੋਂ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇੱਕ ਬਿਊਰੋ ਸਥਾਪਿਤ ਕੀਤਾ ਜਾਵੇ। ਇਸ ਦੇ ਜ਼ਰੀਏ ਬਾਹਰਲੇ ਮੁਲਕਾਂ ਵਿੱਚ ਜਾਣਾ ਚਾਹੁੰਦੇ ਵਿਦਿਆਰਥੀ ਸਰਕਾਰੀ ਬਿਊਰੋ ਰਾਹੀਂ ਬਾਹਰ ਭੇਜੇ ਜਾਣਗੇ। ਸਭ ਤੋਂ ਇਹ ਤਾਂ ਬੜੀ ਵਧੀਆ ਗੱਲ ਹੈ ਕਿ ਉਹਨਾਂ ਬੰਦਿਆਂ ਦੀ ਨਿਸ਼ਾਨਦੇਹੀ ਹੋ ਗਈ ਹੈ ਜਿਹੜੇ ਕਿ ਫਰਜ਼ੀ ਕੰਮ ਕਰ ਰਹੇ ਆ ਔਰ ਉਹ ਤੈਅਸ਼ੁਦਾ ਜਿਹੜੇ ਹੈ ਔਰ ਜਿਹਦੇ ਨਾਲ ਕਿ ਪੰਜਾਬ ਦੇ ਬੱਚੇ ਔਰ ਪੰਜਾਬ ਕੀ ਸਾਰੇ ਇਸ ਇਲਾਕੇ ਦੇ ਬੱਚੇ ਜਿਹੜੇ ਹੈ ਉਹਨਾਂ ਦੇ ਫਿਊਚਰ ਉਹਨਾਂ ਦੇ ਭਵਿੱਖ ਜਿਹੜੇ ਹੈ ਉਹ ਮੁਤਾਸਿਰ ਹੋ ਰਹੇ ਹੈ। ਔਰ ਪਿੱਛੇ ਜੇ ਇੱਕ ਹਫ਼ਤਾ ਪਹਿਲਾਂ ਇੰਪਲੋਇਮੈਂਟ ਜਨਰੇਸ਼ਨ ਮਿਨਿਸਟਰ ਨੇ ਨਾਲ ਵੀ ਮੀਟਿੰਗ ਹੋਈ ਸੀ ਔਰ ਇਹ ਕਾਂਗਰਸ ਪਾਰਟੀ ਦੇ ਮਨਸ਼ੂਰ ਦਾ ਵੀ ਹਿੱਸਾ ਹੈ ਕਿ ਜਿਹੜੇ ਵੀ ਬੱਚੇ ਬਾਹਰ ਜਾਂਦੇ ਆ ਖਾਓ ਐਜੂਕੇਸ਼ਨ ਪਰਪਸਿਸ ਵਾਸਤੇ ਜਾ ਰਹੇ ਖਾਓ ਇੰਪਲੋਇਮੈਂਟ ਵਾਸਤੇ ਜਾ ਰਹੇ ਹੈ। ਪੰਜਾਬ ਸਰਕਾਰ ਖੁਦ ਆਪਣਾ ਬਿਊਰੋ ਜਿਹੜਾ ਇਹਨੂੰ ਇਸਟੈਬਲਿਸ਼ ਕਰਨ ਜਾਏਗੀ। ਸਾਨੂੰ ਇਹ ਵੀ ਪਤਾ ਚੱਲਿਆ ਕਿ ਕੁਛ ਯੂਨੀਵਰਸਿਟੀਆਂ ਐਸੀਆਂ ਵੀ ਹੈ ਜਿੱਥੇ ਸਾਡੇ ਬੱਚੇ ਜਾ ਰਹੇ ਹੈ ਜਿਹੜੇ ਕਿ ਇੱਕ ਕਿਸਮ ਦਾ ਕਮਿਸ਼ਨ ਰੱਖੀ ਹੋਈ ਹੈ ਇਹਨਾਂ ਫਰਜ਼ੀ ਟਰੈਵਲ ਏਜੰਟ ਜਾਂ ਜਿਹੜੇ ਬੱਚੇ ਜਿਨ੍ਹਾਂ ਦੀ ਐਪਲੀਕੇਸ਼ਨ ਪ੍ਰੋਸੈਸ ਕਰਦੇ ਹੈ ਅਤੇ ਤਕਰੀਬਨ 1/4 ਜਿਹੜੀ ਫੀਸ ਹੁੰਦੀ ਹੈ ਇਹ ਉਹ ਉਹਨਾਂ ਟਰੈਵਲ ਏਜੰਟ ਜਾਂ ਉਹਨਾਂ ਏਜੰਟਸ ਨੂੰ ਇਹ ਵਾਪਸ ਕਰਦੇ ਹੈ। ਸੋ ਪੰਜਾਬ ਸਰਕਾਰ ਦਾ ਇਹ ਵੀ ਹੁਣ ਨੀਅਤ ਹੈ ਕਿ ਅਸੀਂ ਸਰਕਾਰ ਦਾ ਮਨਜ਼ੂਰਸ਼ੁਦਾ ਟਰੈਵਲ ਔਰ ਇੰਪਲੋਇਮੈਂਟ ਔਰ ਐਜੂਕੇਸ਼ਨ ਵਾਸਤੇ ਇਹ ਬਿਊਰੋ ਜਿਹੜਾ ਸਥਾਪਿਤ ਕੀਤਾ ਜਾਵੇ ਔਰ ਜਿਹੜੀ ਫੀਸ ਜਾਂ ਕਮਿਸ਼ਨ ਵਾਪਸ ਆਉਂਦੀ ਹੈ ਉਹ ਬੱਚਿਆਂ ਦੇ ਖਾਤਿਆਂ 'ਚ ਹੀ ਵਾਪਸ ਦਿੱਤੀ ਜਾਵੇ। ਥੈਂਕ ਯੂ ਸਰ। ਯਾਰ ਇਹ ਕੋਈ ਪੁੱਛਣ ਇਹ ਪੁੱਛਣੇ ਕੀ ਜ਼ਰੂਰਤ ਨਹੀਂ ਹੈ ਕਿ ਇਹ ਮੁਲਕ ਜਿਸ ਕਿਸੀ ਕਾਨੂੰਨ ਕੇ ਤਹਿਤ ਚਲਤਾ ਹੈ ਔਰ ਜੋ ਵੀ ਕਾਨੂੰਨ ਕੀ ਖਿਲਾਫ ਵਰਜ਼ੀ ਕਰਤਾ ਹੈ ਉਸਕੋ ਤੋ ਕਾਨੂੰਨ ਕੇ ਸ਼ਿਕੰਜੇ ਮੇਂ ਲੇਨਾ ਨਿਹਾਇਤ ਜ਼ਰੂਰੀ ਹੈ। ਬਿਊਰੋ ਰਿਪੋਰਟ ਪੰਜਾਬ ਟੁਡੇ।